ਪੰਸਬ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੇਜਿੰਦਰ ਸਿੰਘ ਬਿੱਟੂ ਅੱਜ ਪਹਿਲੀ ਵਾਰ ਜਲੰਧਰ ਪਹੁੰਚੇ। ਇੱਥੇ ਪਹੁੰਚਣ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇਜਿੰਦਰ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਵਿੱਚ ਸਾਫ਼ ਸੁਥਰਾ, ਪ੍ਰਭਾਵੀ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਇਸ ਦੇ ਤਹਿਤ ਇਸ ਕਾਰਪੋਰੇਸ਼ਨ ਦੇ ਵਿੱਚ ਵੀ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਤੇ ਪਾਰਦਰਸ਼ੀ ਬਣਾਇਆ ਜਾਵੇਗਾ ਤਾਂ ਜੋ ਲੋਕਾਂ, ਖਾਸ ਤੌਰ ਤੇ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਫਾਇਦਾ ਮਿਲ ਸਕੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਸਬ ਦੀ ਕਾਰਜ ਪ੍ਰਣਾਲੀ ਨੂੰ ਹੋਰ ਚੁਸਤ ਦਰੁਸਤ ਕਰਨਾ ਤੇ ਉਸ ਨੂੰ ਲੋਕਾਂ ਦਾ ਜਵਾਬਦੇਹ ਬਣਾਉਣਾ ਵੀ ਉਹਨਾਂ ਦੇ ਏਜੰਡੇ ਤੇ ਹੈ। ਦੇਖੋ, ਪੰਸਬ ਜਿਹੜੀ ਮੇਰੀ ਡਿਪਾਰਟਮੈਂਟ ਹੈ ਉਹ ਕਾਫੀ ਪੰਜਾਬ ਦੇ ਲੋਕਾਂ ਨਾਲ ਡਾਇਰੈਕਟਲੀ ਕਨੈਕਟਡ ਹੈ ਕਿਉਂਕਿ ਪੰਜਾਬ ਦੀ ਇਕਨੋਮੀ ਬੇਸਡ ਵੀ ਹੈ। 23-24% ਅਸੀਂ ਪ੍ਰੋਕਿਓਰਮੈਂਟ ਕਰਦੇ ਹਾਂ, ਜਿਹੜੀ ਬਹੁਤ ਵੱਡੀ ਗੱਲ ਹੈ ਸਟੇਟ ਦੀ। ਪ੍ਰੋਕਿਓਰਮੈਂਟ ਕਿਸਾਨਾਂ ਨਾਲ ਸੰਬੰਧਿਤ ਹੈ, ਉਸ ਤੋਂ ਬਾਅਦ PDS ਸਿਸਟਮ ਨਾਲ ਸੰਬੰਧਿਤ ਹੈ। ਤਾਂ ਪ੍ਰਾਇਓਰਟੀ ਹੈ ਕਿ ਇਸ ਦੇ ਵਿੱਚ ਸੁਧਾਰ ਲਿਆਉਣਾ ਔਰ ਜੋ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਨੇ ਕਿ ਪੰਜਾਬ ਦੇ ਗਰੀਬ ਲੋਕਾਂ ਨੂੰ ਉਹਨਾਂ ਦੀ ਹਿਤੈਸ਼ੀ ਬਣ ਕੇ ਉਹਨਾਂ ਦੀ ਸੇਵਾ ਕਰਨੀ ਔਰ ਖਾਸ ਤੌਰ 'ਤੇ ਕਿਸਾਨਾਂ ਦੀ ਜਿਨਸ ਟਾਈਮ ਸਿਰ ਚੱਕੀ ਜਾਏ ਔਰ ਉਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਜ਼ ਜੋ ਵੀ ਗਵਰਨਮੈਂਟ ਆਫ ਇੰਡੀਆ ਦਾ ਹੈ ਉਸ ਭਾਅ ਦੇ ਮੁਤਾਬਕ ਉਹਨਾਂ ਦਾ ਇਹ ਸਾਰਾ ਕੰਮ ਕੀਤਾ ਜਾਏ ਤਾਂ ਕਿ ਕਿਉਂਕਿ ਪੰਜਾਬ ਇਜ਼ ਐਗਰੀਕਲਚਰ ਬੇਸਡ ਤਾਂ ਕਿਸਾਨੀ ਦੇ ਨਾਲ ਸੰਬੰਧਿਤ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਦੂਰ ਕਰਨਾ ਮੇਰੀ ਪਹਿਲੀ ਪ੍ਰਾਇੋਰਟੀ ਹੈ। ਔਰ ਮੈਂ ਸਮਝਦਾ ਕਿ ਪੰਸਬ ਦੇ ਵਿੱਚ PDS ਸਿਸਟਮ ਔਰ ਮਿਡ ਡੇ ਸਕੂਲ ਸਕੀਮ ਜਿਹੜੀ ਉਹ ਵੀ ਸਾਡੇ ਕੋਲ ਹੈ, ਉਹਦੇ 'ਚ ਅਸੀਂ ਡਿਸਟ੍ਰੀਬਿਊਸ਼ਨ ਅਸੀਂ ਰਾਸ਼ਨ ਦਾ ਕਰਦੇ ਹਾਂ, ਉਹਦੇ ਲਈ ਅਸੀਂ ਇੱਕ ਚੈਨਲਾਈਜ਼ ਸਿਸਟਮ ਮੈਂ ਔਰਗਨਾਈਜ਼ ਕਰਨਾ ਚਾਹੁੰਦਾ, ਇਹ ਮੇਰੀ ਪ੍ਰਾਇੋਰਟੀ। ਮੈਂ ਚਾਹੁੰਦਾ ਕਿ ਮੈਂ ਜਿਸ ਤਰ੍ਹਾਂ ਇੰਪਰੂਵਮੈਂਟ ਟਸਟ 'ਚ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ, ਤੁਸੀਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਔਰ ਆਦਮੀ ਇਕੱਲਾ ਕਦੀ ਵੀ ਕੁਛ ਨਹੀਂ ਕਰ ਸਕਦਾ, ਸਾਰੇ ਸਾਥੀ ਵਰਕਰ ਖੜ੍ਹੇ ਹੈ, ਤਾਂ ਤੁਹਾਡੇ ਸਹਿਯੋਗ ਨਾਲ ਪੰਸਬ ਦੇ ਵਿੱਚ ਵੀ ਨਵੀਆਂ ਲੀਹਾਂ ਹੀ ਪਾਊਂਗਾ, ਜੋ ਇੰਪਰੂਵਮੈਂਟ ਅਸੀਂ ਪਾਈਆਂ ਉਸੇ ਤਰੀਕੇ ਨਾਲ ਹੀ ਕੰਮ ਕਰੋ। ਕੱਲ੍ਹ ਅਮਰਿੰਦਰ ਸਿੰਘ ਜੀ ਦਾ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਸਾਫ਼ ਸੁਥਰਾ, ਇਸੇ ਗੱਲ 'ਤੇ ਸਾਡੀ ਸਰਕਾਰ ਬਣੀ ਸੀ ਕਿ ਜੋ ਪਿਛਲੀ ਸਰਕਾਰ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਰੋਕਣ ਲਈ ਹੀ ਲੋਕਾਂ ਨੇ ਸੋਚਿਆ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੋਟਾਂ ਪਾਈਏ, ਕਾਂਗਰਸ ਪਾਰਟੀ ਨੂੰ ਵੋਟਾਂ ਪਾਈਏ। ਤਾਂ ਇਹ ਤੁਹਾਨੂੰ ਅਸ਼ੋਰ ਕਰਾਉਂਦੇ ਕਿ ਉਹਨਾਂ ਦੀਆਂ ਨੀਤੀਆਂ ਮੁਤਾਬਕ ਚੱਲ ਕੇ ਇਹ ਸਾਰਾ ਕੁਝ ਕੰਮ ਐਨ ਕਲੀਨ ਹੋਏਗਾ, ਕੋਈ ਉੱਥੇ ਕਿਸੇ ਕਿਸਮ ਦੀ ਇਸ ਤਰ੍ਹਾਂ ਨਹੀਂ ਤੁਹਾਨੂੰ ਲੱਗੇਗਾ। ਟਰਾਂਸਪਰੈਂਟ ਪੰਸਬ ਤੁਸੀਂ ਦੇਖੋਗੇ ਮੰਡੇ ਤੋਂ ਬਾਅਦ, ਟਰਾਂਸਪਰੈਂਟ ਪੰਸਬ।